ਹੁਣ ਸਕੂਲਾਂ ਦੇ ਵਿੱਚ ਐਡਮਿਸ਼ਨ ਦਾ ਦੌਰ ਚੱਲ ਰਿਹਾ ਹੈ, ਪਰ ਕੀ ਤੁਸੀਂ ਜਾਣਦੇ ਹੋ ਇੰਡੀਆ ਦਾ ਨੰਬਰ 1 ਸਕੂਲ ਕਿਹੜਾ ਹੈ ਤੇ ਇੰਡੀਆ ਦਾ ਸਭ ਤੋਂ ਮਹਿੰਗਾ ਸਕੂਲ ਕਿਹੜਾ ਹੈ? ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੰਡੀਆ ਦੇ ਸਭ ਤੋਂ ਮਹਿੰਗੇ 10 ਸਕੂਲਾਂ ਬਾਰੇ ਦੱਸੂਗਾ ਜਿੱਥੇ ਇੰਡੀਅਨ ਨਹੀਂ ਬਲਕਿ ਬਾਹਰੋਂ ਵੀ ਬੱਚੇ ਪੜ੍ਹਨ ਆਉਂਦੇ ਨੇ। ਇਸ ਲਿਸਟ ਦੇ ਵਿੱਚ ਕਈ ਸਕੂਲ ਅਜਿਹੇ ਨੇ ਜਿਨ੍ਹਾਂ ਦੀ ਫੀਸ 17 ਲੱਖ ਤੋਂ ਵੀ ਜ਼ਿਆਦਾ ਹੈ। ਇੰਡੀਆ ਦੇ ਵਿੱਚ ਬਹੁਤ ਸਾਰੇ ਸਕੂਲ ਅਜਿਹੇ ਨੇ ਜਿਹੜੇ ਕਿ ਪੂਰੀ ਦੁਨੀਆ ਦੇ ਸਭ ਤੋਂ ਮਹਿੰਗੇ ਸਕੂਲਾਂ ਦੇ ਵਿੱਚੋਂ ਇੱਕ ਗਿਣੇ ਜਾਂਦੇ ਨੇ। ਇਹਨਾਂ ਦੀ ਫੀਸ 1-2 ਲੱਖ ਨਹੀਂ ਬਲਕਿ 17 ਲੱਖ ਤੋਂ ਲੈ ਕੇ 20 ਲੱਖ ਤੱਕ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਇੰਡੀਆ ਦੇ 10 ਅਜਿਹੇ ਮਹਿੰਗੇ ਸਕੂਲਾਂ ਦੀ ਲਿਸਟ ਲੈ ਕੇ ਆਇਆ ਹਾਂ ਜਿਨ੍ਹਾਂ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਸੋ ਜੁੜੇ ਰਹੋ ਮੇਰੇ ਨਾਲ, ਮੈਂ ਤੁਹਾਡਾ ਹੋਸ਼ ਜਸਪੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੋ ਟੀਵੀ। ਇਸ ਲਿਸਟ ਦੇ ਵਿੱਚ ਨੰਬਰ 10 ਦੇ ਉੱਪਰ ਹੈ ਜੀ ਬਿਰਲਾ ਪਬਲਿਕ ਸਕੂਲ ਅਜਮੇਰ। ਇਸ ਸਕੂਲ ਨੂੰ ਵਿਦਿਆ ਨਿਕੇਤਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸਕੂਲ 1944 ਦੇ ਵਿੱਚ ਬਿਰਲਾ ਐਜੂਕੇਸ਼ਨ ਟਰੱਸਟ ਵੱਲੋਂ ਬਣਾਇਆ ਗਿਆ ਸੀ। ਇਹ ਇੰਡੀਆ ਦਾ ਇੱਕ ਅਜਿਹਾ ਟੌਪ ਦਾ ਸਕੂਲ ਹੈ ਜਿਸ ਦੇ ਵਿੱਚ ਹਾਈ ਕਲਾਸ ਸਵਿਮਿੰਗ ਪੂਲ ਤੋਂ ਲੈ ਕੇ ਟੌਪ ਕਲਾਸ ਦੇ ਪਲੇਗਰਾਊਂਡ ਨੇ ਤੇ ਇਸ ਸਕੂਲ ਦੇ ਵਿੱਚ ਰੂਮ ਤੋਂ ਲੈ ਕੇ ਵਾਸ਼ਰੂਮ ਤੱਕ ਹਰ ਜਗ੍ਹਾ ਤੇ ਏਅਰ ਕੰਡੀਸ਼ਨ ਲੱਗੇ ਹੋਏ ਨੇ। ਇਸ ਸਕੂਲ ਦੀ ਸਾਲਾਨਾ ਫੀਸ 4.5 ਲੱਖ ਹੈ। ਨੰਬਰ 9 ਦੇ ਉੱਪਰ ਹੈ ਬਿਸ਼ਪ ਕਾਟਨ ਸਕੂਲ ਸ਼ਿਮਲਾ। ਇਸ ਸਕੂਲ ਨੂੰ 1959 ਦੇ ਵਿੱਚ ਬਣਾਇਆ ਗਿਆ ਸੀ ਤੇ ਇਹ ਇੰਡੀਆ ਦੇ ਸਭ ਤੋਂ ਪੁਰਾਣੇ ਬੋਰਡਿੰਗ ਸਕੂਲਾਂ ਦੇ ਵਿੱਚੋਂ ਇੱਕ ਹੈ। ਇਹ ਸਕੂਲ ਸ਼ਿਮਲਾ ਦੇ ਸੋਹਣੇ ਪਹਾੜਾਂ ਦੇ ਵਿਚਕਾਰ 35 ਏਕੜ ਦੇ ਵਿੱਚ ਫੈਲਿਆ ਹੋਇਆ ਹੈ। ਇਹ ਸਕੂਲ ਦੇ ਵਿੱਚ ਸਪੋਰਟਸ ਲਈ ਤਾਂ ਕੋਈ ਜ਼ਿਆਦਾ ਸਹੂਲਤਾਂ ਨਹੀਂ ਨੇ, ਪਰ ਚੰਗੀ ਪੜ੍ਹਾਈ ਕਰਨ ਦੇ ਲਈ ਇੱਕ ਬਹੁਤ ਵਧੀਆ ਸਕੂਲ ਹੈ। ਇਸ ਸਕੂਲ ਦੀ ਸਾਲਾਨਾ ਫੀਸ 4,80,000 ਹੈ। ਨੰਬਰ 8 ਦੇ ਉੱਪਰ ਹੈ ਜੀ ਵੈਲਹਮ ਬੁਆਇਜ਼ ਸਕੂਲ ਦੇਹਰਾਦੂਨ। ਇਹ ਸਕੂਲ 1937 ਦੇ ਵਿੱਚ ਖੋਲਿਆ ਗਿਆ ਸੀ ਤੇ ਇਹ ਪੂਰੇ 30 ਏਕੜ ਦੇ ਵਿੱਚ ਫੈਲਿਆ ਹੋਇਆ ਹੈ। ਦੇਹਰਾਦੂਨ ਦਾ ਇਹ ਸਕੂਲ ਇੰਗਲੈਂਡ ਦੀ ਇੱਕ ਔਰਤ ਨੇ ਬਣਾਇਆ ਸੀ। ਇਸ ਸਕੂਲ ਦੇ ਵਿੱਚ 11 ਹੋਸਟਲ ਨੇ ਤੇ ਬਹੁਤ ਸਾਰੇ ਪਲੇਗਰਾਊਂਡ ਨੇ। ਜੇਕਰ ਗੱਲ ਕਰੀਏ ਇਸ ਸਕੂਲ ਦੀ ਫੀਸ ਦੀ ਤਾਂ ਇਸ ਸਕੂਲ ਦੀ ਸਾਲਾਨਾ ਫੀਸ 6 ਲੱਖ ਤੋਂ ਲੈ ਕੇ 6.5 ਲੱਖ ਹੈ। ਨੰਬਰ 7 ਦੇ ਉੱਪਰ ਹੈ ਜੀ ਸਟੋਨ ਹਿੱਲ ਇੰਟਰਨੈਸ਼ਨਲ ਸਕੂਲ ਬੰਗਲੌਰ। ਜਿਵੇਂ ਕਿ ਇਸ ਸਕੂਲ ਦੇ ਨਾਮ ਵਿੱਚ ਹੀ ਇੰਟਰਨੈਸ਼ਨਲ ਹੈ, ਇਸ ਕਰਕੇ ਸਕੂਲ ਸੱਚਮੁੱਚ ਹੀ ਇੰਟਰਨੈਸ਼ਨਲ ਹੈ। ਇੱਥੇ ਵਿਦੇਸ਼ੀ ਬੱਚੇ ਵੀ ਪੜ੍ਹਨ ਆਉਂਦੇ ਨੇ। ਇਹ ਸਕੂਲ 34 ਏਕੜ ਦੇ ਵਿੱਚ ਫੈਲਿਆ ਹੋਇਆ ਹੈ ਤੇ ਇਸ ਸਕੂਲ ਦੀ ਸਾਲਾਨਾ ਫੀਸ 9 ਲੱਖ ਹੈ। ਨੰਬਰ 6 ਦੇ ਉੱਪਰ ਹੈ ਜੀ ਡੂਨ ਸਕੂਲ ਦੇਹਰਾਦੂਨ। ਇਸ ਸਕੂਲ ਦਾ ਨਾਮ ਤਾਂ ਤੁਸੀਂ ਪਹਿਲਾਂ ਜ਼ਰੂਰ ਕਿਤੇ ਨਾ ਕਿਤੇ ਸੁਣਿਆ ਹੋਵੇਗਾ, ਕਿਉਂਕਿ ਇਹ ਪੂਰੇ ਇੰਡੀਆ ਦਾ ਨੰਬਰ 1 ਸਕੂਲ ਹੈ। ਇਸ ਸਕੂਲ ਨੂੰ 1935 ਦੇ ਵਿੱਚ ਬਣਾਇਆ ਗਿਆ ਸੀ ਤੇ ਇਹ 72 ਏਕੜ ਦੇ ਵਿੱਚ ਫੈਲਿਆ ਹੋਇਆ ਹੈ। ਇਸ ਸਕੂਲ ਦੀ ਸਾਲਾਨਾ ਫੀਸ 10 ਲੱਖ ਤੋਂ ਜ਼ਿਆਦਾ ਹੈ। ਨੰਬਰ 5 ਤੇ ਹੈ ਜੀ ਅਕੋਲੀ ਮੌਂਡਿਨ ਵਰਲਡ ਸਕੂਲ ਮੁੰਬਈ। ਇਸ ਸਕੂਲ ਦਾ ਆਪਣਾ ਇੱਕ ਮੀਡੀਆ ਸੈਂਟਰ ਹੈ। ਇਸ ਸਕੂਲ ਦੇ ਵਿੱਚੋਂ ਪੜ੍ਹੇ ਹੋਏ ਬੱਚੇ ਫੈਸ਼ਨ ਡਿਜ਼ਾਈਨਿੰਗ, ਫਿਲਮ ਅਤੇ ਮੀਡੀਆ ਦੇ ਸੈਕਟਰ ਵਿੱਚ ਵੱਡੇ ਅਹੁਦਿਆਂ ਦੇ ਉੱਤੇ ਕੰਮ ਕਰ ਰਹੇ ਨੇ। ਇਸ ਸਕੂਲ ਦੀ ਸਾਲਾਨਾ ਫੀਸ 11 ਲੱਖ ਹੈ। ਨੰਬਰ 4 ਤੇ ਹੈ ਜੀ ਸਿੰਧੀਆ ਸਕੂਲ ਗਵਾਲੀਅਰ। ਇਹ ਸਕੂਲ ਇੰਡੀਆ ਦੇ ਮਸ਼ਹੂਰ ਸਕੂਲਾਂ ਦੇ ਵਿੱਚੋਂ ਇੱਕ ਹੈ ਤੇ ਇੰਡੀਆ ਦੇ ਸਭ ਤੋਂ ਪੁਰਾਣੇ ਸਕੂਲਾਂ ਦੇ ਵਿੱਚੋਂ ਵੀ ਇੱਕ ਹੈ। ਇਸ ਸਕੂਲ ਦੀ ਸਥਾਪਨਾ 1837 ਦੇ ਵਿੱਚ ਕੀਤੀ ਗਈ ਸੀ। ਇਸ ਸਕੂਲ ਦੇ ਵਿੱਚ ਸਲਮਾਨ ਖਾਨ ਅਤੇ ਰਵਾਜ ਖਾਨ ਜਿਹੇ ਬਾਲੀਵੁੱਡ ਸਟਾਰ ਵੀ ਪੜ੍ਹ ਚੁੱਕੇ ਨੇ ਤੇ ਇਸ ਸਕੂਲ ਦੇ ਵਿੱਚ ਰਿਲਾਇੰਸ ਵਾਲੇ ਮੁਕੇਸ਼ ਅੰਬਾਨੀ ਵੀ ਪੜ੍ਹੇ ਨੇ। ਇਸ ਸਕੂਲ ਦੀ ਸਾਲਾਨਾ ਫੀਸ 13 ਲੱਖ ਹੈ। ਨੰਬਰ 3 ਦੇ ਉੱਪਰ ਹੈ ਜੀ ਮਾਊ ਕਾਲਜ ਅਜਮੇਰ। ਇਸ ਸਕੂਲ ਨੂੰ ਸਨ 1875 ਦੇ ਵਿੱਚ ਰਾਜੇ ਮਹਾਰਾਜਿਆਂ ਦੇ ਬੱਚਿਆਂ ਦੇ ਪੜ੍ਹਨ ਦੇ ਲਈ ਬਣਾਇਆ ਗਿਆ ਸੀ। ਇਹ ਸਕੂਲ 180 ਏਕੜ ਦੇ ਵਿੱਚ ਫੈਲਿਆ ਹੋਇਆ ਹੈ ਤੇ ਇੱਥੋਂ ਦੀ ਸਾਲਾਨਾ ਫੀਸ 13 ਲੱਖ ਹੈ। ਨੰਬਰ 2 ਦੇ ਉੱਪਰ ਹੈ ਜੀ ਗੁੱਡ ਸ਼ੈਪਰਡ ਸਕੂਲ ਊਟੀ। ਊਟੀ ਦਾ ਇਹ ਸਕੂਲ ਵੀ ਇੰਟਰਨੈਸ਼ਨਲ ਅਤੇ ਫੁੱਲ ਟਾਈਮ ਰੈਜ਼ੀਡੈਂਸ ਸਕੂਲ ਹੈ ਤੇ ਊਟੀ ਆਪ ਵੀ ਇੰਡੀਆ ਦੇ ਸੋਹਣੇ ਸ਼ਹਿਰਾਂ ਦੇ ਵਿੱਚੋਂ ਇੱਕ ਸ਼ਹਿਰ ਹੈ। ਇਹ ਸਕੂਲ 70 ਏਕੜ ਦੇ ਵਿੱਚ ਫੈਲਿਆ ਹੋਇਆ ਹੈ ਤੇ ਇੱਥੋਂ ਦੀ ਸਾਲਾਨਾ ਫੀਸ 15 ਲੱਖ ਰੁਪਏ ਹੈ। ਨੰਬਰ 1 ਤੇ ਇੰਡੀਆ ਦਾ ਸਭ ਤੋਂ ਮਹਿੰਗਾ ਸਕੂਲ ਹੈ, ਇਹ ਹੈ ਜੀ ਵੁੱਡਸਟਾਕ ਸਕੂਲ ਮਨਸੂਰੀ। ਇਹ ਸਕੂਲ 160 ਸਾਲ ਪੁਰਾਣਾ ਹੈ। ਇਸ ਦੀ ਸਥਾਪਨਾ 1854 ਦੇ ਵਿੱਚ ਕੀਤੀ ਗਈ ਸੀ। ਇਹ ਸਕੂਲ ਏਸ਼ੀਆ ਦੇ ਸਭ ਤੋਂ ਪੁਰਾਣੇ ਬੋਰਡਿੰਗ ਸਕੂਲਾਂ ਦੇ ਵਿੱਚੋਂ ਇੱਕ ਹੈ। ਸਕੂਲ ਦੇ ਵਿੱਚੋਂ ਪੜ੍ਹੇ ਹੋਏ ਲੋਕ ਮਸ਼ਹੂਰ ਵਿਗਿਆਨੀ ਅਤੇ ਰਾਈਟਰ ਹੋਏ ਨੇ। ਇਸ ਸਕੂਲ ਦੀ ਸਾਲਾਨਾ ਫੀਸ 17 ਲੱਖ ਤੋਂ ਜ਼ਿਆਦਾ ਹੈ। 17 ਲੱਖ ਦੇ ਹਿਸਾਬ ਦੇ ਨਾਲ ਇੱਥੋਂ ਦੀ 1 ਮਹੀਨੇ ਦੀ ਫੀਸ 1,41,000 ਦੇ ਆਸ-ਪਾਸ ਹੈ ਤੇ ਇੱਥੋਂ ਦੀ ਐਡਮਿਸ਼ਨ ਫੀਸ ਹੀ ਇਕੱਲੀ 4 ਲੱਖ ਹੈ। ਇਹ ਸਨ ਜੀ ਇੰਡੀਆ ਦੇ ਸਭ ਤੋਂ ਮਹਿੰਗੇ ਸਕੂਲਾਂ ਦੀ ਲਿਸਟ। ਤੁਹਾਨੂੰ ਸਾਡੀ ਵੀਡੀਓ ਕਿੰਨੇ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।